2022 ਦੇ ਵਿੱਚ ਇੱਕ ਅਜਿਹੀ ਘਟਨਾ ਹੋਈ ਸੀ ਜਿਸ ਨੇ ਸਾਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। ਜਦੋਂ ਇੱਕ ਜਹਾਜ਼ 10,000 ਫੁੱਟ ਦੀ ਉਚਾਈ ਤੇ ਉੱਡ ਰਿਹਾ ਹੁੰਦਾ ਹੈ ਤੇ ਉਸ ਦਾ ਪਾਇਲਟ ਬੇਹੋਸ਼ ਹੋ ਜਾਂਦਾ ਹੈ ਤੇ ਜਹਾਜ਼ ਦੇ ਪਿੱਛੇ ਬੈਠੇ ਮੁਸਾਫਰਾਂ ਦੇ ਹੱਥ ਪੈਰ ਠੰਡੇ ਹੋ ਜਾਂਦੇ ਨੇ ਕਿਉਂਕਿ ਨਾ ਤਾਂ ਉਹਨਾਂ ਦੇ ਵਿੱਚੋਂ ਕੋਈ ਪਾਇਲਟ ਹੁੰਦਾ ਹੈ ਤੇ ਨਾ ਹੀ ਕਿਸੇ ਨੂੰ ਅੰਦਾਜ਼ਾ ਹੁੰਦਾ ਹੈ ਕਿ ਹੁਣ ਅੱਗੇ ਕੀ ਕਰਨਾ ਹੈ। ਇਹਨਾਂ ਮੁਸਾਫਰਾਂ ਨੂੰ ਆਪਣੇ ਅੱਗੇ ਮੌਤ ਦਿਖਾਈ ਦੇ ਰਹੀ ਸੀ ਪਰ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਇਹਨਾਂ ਮੁਸਾਫਰਾਂ ਨੇ ਹੀ ਇਹ ਜਹਾਜ਼ ਨੂੰ ਸਹੀ ਸਲਾਮਤ ਲੈਂਡ ਕਰਵਾ ਦਿੱਤਾ ਸੀ। ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਪੂਰੀ ਜਾਣਕਾਰੀ ਦਊਂਗਾ ਕਿ ਅਜਿਹਾ ਹਾਦਸਾ ਕਿਵੇਂ ਵਾਪਰਿਆ ਤੇ ਮੁਸਾਫਰਾਂ ਨੇ ਕਿਵੇਂ ਜਹਾਜ਼ ਨੂੰ ਲੈਂਡ ਕਰਵਾਇਆ। ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ। ਇਹ ਗੱਲ ਹੈ ਜੀ 10 ਮਈ 2022 ਦੀ ਜਦੋਂ 6 ਮੁਸਾਫਰ ਇੱਕ ਛੋਟੇ ਜਿਹੇ ਜਹਾਜ਼ ਦੇ ਵਿੱਚ ਮਾਰਸ਼ ਹਾਰਬੋਰ ਤੋਂ ਅਮਰੀਕਾ ਜਾ ਰਹੇ ਸਨ। ਮਾਰਸ਼ ਹਾਰਬੋਰ ਇੱਕ ਛੋਟਾ ਜਿਹਾ ਟਾਊਨ ਆਈਲੈਂਡ ਹੈ ਜਿੱਥੇ ਜ਼ਿਆਦਾਤਰ ਲੋਕ ਘੁੰਮਣ ਫਿਰਨ ਤੇ ਮੱਛੀ ਫੜਨ ਜਾਂਦੇ ਨੇ। ਇਹ 6 ਜਾਣੇ ਵੀ ਇਸ ਆਈਲੈਂਡ ਦੇ ਉੱਪਰ ਘੁੰਮਣ ਫਿਰਨ ਹੀ ਆਏ ਸਨ ਤੇ ਇੱਥੇ 3 ਦਿਨ ਰਹਿਣ ਤੋਂ ਬਾਅਦ ਇਹਨਾਂ ਦੀ 10 ਮਈ 2022 ਨੂੰ ਅਮਰੀਕਾ ਦੀ ਵਾਪਸੀ ਸੀ। ਇਹ 6 ਜਾਣੇ ਆਪਸ ਦੇ ਵਿੱਚ ਇੱਕ ਦੂਜੇ ਨੂੰ ਨਹੀਂ ਜਾਣਦੇ ਸਨ, ਨਾ ਹੀ ਇਹ ਇਸ ਤੋਂ ਪਹਿਲਾਂ ਕਦੇ ਮਿਲੇ ਸਨ। ਇਹਨਾਂ ਦੀ ਪਹਿਲੀ ਮੁਲਾਕਾਤ ਜਹਾਜ਼ ਦੇ ਵਿੱਚ ਹੀ ਹੁੰਦੀ ਹੈ। 10:35 ਤੇ ਇਹ ਸਾਰੇ ਜਾਣੇ ਜਹਾਜ਼ ਦੇ ਵਿੱਚ ਬੈਠ ਜਾਂਦੇ ਨੇ ਤੇ ਫਿਰ ਜਹਾਜ਼ ਉਡਾਨ ਭਰਦਾ ਹੈ। ਕਿਸਮਤ ਦੇ ਨਾਲ ਇਹ 6 ਜਾਣਿਆਂ ਦੇ ਵਿੱਚੋਂ ਇੱਕ ਜਾਣਾ ਪਾਇਲਟ ਦਾ ਦੋਸਤ ਨਿਕਲਦਾ ਹੈ ਤੇ ਜਿਹੜਾ ਪਾਇਲਟ ਦਾ ਦੋਸਤ ਹੁੰਦਾ ਹੈ ਉਹ ਪਾਇਲਟ ਦੇ ਕੋਲ ਜਾ ਕੇ ਹੀ ਅੱਗੇ ਬੈਠ ਜਾਂਦਾ ਹੈ। ਜਹਾਜ਼ ਵੀ ਆਪਣੀ ਮੈਕਸਿਮਮ ਉਚਾਈ ਤੇ ਉੱਡ ਰਿਹਾ ਸੀ ਤੇ ਇਹਨਾਂ ਦਾ ਇਹ ਸਾਰਾ ਸਫ਼ਰ 1 ਘੰਟੇ 20 ਮਿੰਟ ਦਾ ਹੋਣ ਵਾਲਾ ਸੀ ਪਰ 45 ਮਿੰਟ ਦੇ ਸਫ਼ਰ ਤੋਂ ਬਾਅਦ ਪਾਇਲਟ ਨੇ ਆਪਣੇ ਨਾਲ ਬੈਠੇ ਦੋਸਤ ਨੂੰ ਕਿਹਾ ਕਿ ਉਸ ਦੇ ਸਿਰ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ ਤੇ ਉਸ ਨੂੰ ਆਪਣਾ ਸਰੀਰ ਵੀ ਭਾਰਾ-ਭਾਰਾ ਲੱਗ ਰਿਹਾ ਹੈ। ਇੰਨਾ ਕਹਿੰਦੇ ਹੀ ਪਾਇਲਟ ਦੀਆਂ ਅੱਖਾਂ ਬੰਦ ਹੋ ਗਈਆਂ। ਉਸ ਦੇ ਨਾਲ ਬੈਠੇ ਦੋਸਤ ਨੇ ਕਾਫੀ ਜ਼ਿਆਦਾ ਕੋਸ਼ਿਸ਼ ਕੀਤੀ ਪਾਇਲਟ ਨੂੰ ਜਗਾਉਣ ਦੀ ਪਰ ਉਹ ਨਹੀਂ ਜਗਾ ਸਕਿਆ ਕਿਉਂਕਿ ਪਾਇਲਟ ਬੇਹੋਸ਼ ਹੋ ਚੁੱਕਿਆ ਸੀ। ਜਹਾਜ਼ ਹੁਣ 12,000 ਫੁੱਟ ਦੀ ਉਚਾਈ ਤੇ ਉੱਡ ਰਿਹਾ ਸੀ ਤੇ ਪਿੱਛੇ ਬੈਠੇ ਮੁਸਾਫਰਾਂ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਜਹਾਜ਼ ਨੂੰ ਕਿਵੇਂ ਸੰਭਾਲਣਾ ਹੈ ਕਿਉਂਕਿ ਪਾਇਲਟ ਤਾਂ ਬੇਹੋਸ਼ ਹੋ ਚੁੱਕਿਆ ਸੀ। ਜਹਾਜ਼ ਦੇ ਮੁਸਾਫਰਾਂ ਨੇ ਰਲ ਕੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਕਿ ਪਾਇਲਟ ਨੂੰ ਹੋਸ਼ ਆ ਜਾਵੇ ਪਰ ਉਹਨਾਂ ਦੇ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਪਾਇਲਟ ਨੂੰ ਹੋਸ਼ ਨਹੀਂ ਆਇਆ। ਹੁਣ ਇਹਨਾਂ ਮੁਸਾਫਰਾਂ ਨੂੰ ਪਤਾ ਲੱਗ ਗਿਆ ਸੀ ਕਿ ਉਹਨਾਂ ਦੀ ਬਚਣ ਦੀ ਕੋਈ ਉਮੀਦ ਨਹੀਂ ਹੈ ਤੇ ਉਹਨਾਂ ਦੀ ਅਗਲੀ ਮੰਜ਼ਿਲ ਸਿਰਫ ਮੌਤ ਹੈ ਪਰ ਪਾਇਲਟ ਦੇ ਨਾਲ ਜਿਹੜਾ ਉਸਦਾ ਫਰੈਂਡ ਸੀ ਉਸਨੇ ਬਿਲਕੁਲ ਵੀ ਹਾਰ ਨਹੀਂ ਮੰਨੀ। ਉਸਨੇ ਸਾਰੇ ਮੁਸਾਫਰਾਂ ਨੂੰ ਕਿਹਾ ਕਿ ਆਪਾਂ ਮਰਨਾ ਤਾਂ ਹੈ ਪਰ ਕਿਉਂ ਨਾ ਇੱਕ ਵਾਰ ਆਪਾਂ ਜਹਾਜ਼ ਨੂੰ ਸੰਭਾਲਣ ਦੀ ਕੋਸ਼ਿਸ਼ ਕਰਕੇ ਦੇਖੀਏ। ਸਭ ਤੋਂ ਪਹਿਲਾਂ ਤਾਂ ਉਸਨੇ ਪਾਇਲਟ ਨੂੰ ਚੱਕਿਆ ਤੇ ਜਹਾਜ਼ ਦੀ ਪਿੱਛੇ ਵਾਲੀ ਸੀਟ ਦੇ ਉੱਪਰ ਲੰਬਾ ਪਾ ਦਿੱਤਾ ਤੇ ਫਿਰ ਉਸ ਤੋਂ ਬਾਅਦ ਉਹ ਜਾ ਕੇ ਪਾਇਲਟ ਦੀ ਸੀਟ ਦੇ ਉੱਪਰ ਬੈਠ ਗਿਆ। ਉਹ ਹਿੰਮਤ ਕਰਕੇ ਜਹਾਜ਼ ਦੀ ਪਾਇਲਟ ਵਾਲੀ ਸੀਟ ਦੇ ਉੱਪਰ ਤਾਂ ਬੈਠ ਗਿਆ ਸੀ ਪਰ ਉਸ ਨੂੰ ਡਰ ਲੱਗ ਰਿਹਾ ਸੀ ਕਿ ਕਿਤੇ ਉਹ ਜਹਾਜ਼ ਦਾ ਕੋਈ ਅਜਿਹਾ ਬਟਨ ਨਾ ਦੱਬ ਦੇਵੇ ਜਿਸ ਦੇ ਨਾਲ ਜਹਾਜ਼ ਦਾ ਇੰਜਣ ਬੰਦ ਹੋ ਜਾਵੇ ਜਾਂ ਕੋਈ ਹੋਰ ਮੁਸੀਬਤ ਖੜੀ ਹੋ ਜਾਵੇ। ਤਾਂ ਉਹਨਾਂ ਮੁਸਾਫਰਾਂ ਦੇ ਵਿੱਚੋਂ ਇੱਕ ਮੁਸਾਫਰ ਨੇ ਕਿਹਾ ਕਿ ਏਟੀਸੀ ਦੇ ਨਾਲ ਆਪਾਂ ਸੰਪਰਕ ਕਰਕੇ ਦੇਖਦੇ ਹਾਂ, ਸ਼ਾਇਦ ਆਪਾਂ ਨੂੰ ਏਟੀਸੀ ਤੋਂ ਕੋਈ ਮਦਦ ਮਿਲ ਜਾਵੇ। ਉਹਨਾਂ ਨੇ ਏਟੀਸੀ ਦੇ ਨਾਲ ਸੰਪਰਕ ਕੀਤਾ ਤੇ ਉਹਨਾਂ ਨੂੰ ਦੱਸਿਆ ਕਿ ਸਾਡਾ ਪਾਇਲਟ ਬੇਹੋਸ਼ ਹੋ ਚੁੱਕਿਆ ਹੈ ਤੇ ਸਾਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਤੇ ਹੁਣ ਤੁਸੀਂ ਸਾਨੂੰ ਗਾਈਡ ਕਰੋ ਕਿ ਅਸੀਂ ਕਿਸ ਤਰ੍ਹਾਂ ਅੱਗੇ ਜਹਾਜ਼ ਨੂੰ ਸੰਭਾਲੀਏ। ਇਹਨਾਂ ਮੁਸਾਫਰਾਂ ਦੀ ਇਹ ਬਦਕਿਸਮਤੀ ਸੀ ਕਿ ਉਹ ਜਿਹੜੇ ਏਟੀਸੀ ਦੇ ਮੁਲਾਜ਼ਮ ਦੇ ਨਾਲ ਗੱਲ ਕਰ ਰਹੇ ਸਨ ਉਸਨੇ ਵੀ ਨਵਾਂ-ਨਵਾਂ ਏਟੀਸੀ ਜੁਆਇਨ ਕੀਤਾ ਸੀ ਤੇ ਉਸ ਨੂੰ ਵੀ ਕੋਈ ਤਜਰਬਾ ਨਹੀਂ ਸੀ ਤੇ ਇਹ ਏਟੀਸੀ ਮੁਲਾਜ਼ਮ ਨਵਾਂ ਹੋਣ ਕਰਕੇ ਉਹਨਾਂ ਮੁਸਾਫਰਾਂ ਨੂੰ ਨਹੀਂ ਸਮਝਾ ਪਾ ਰਿਹਾ ਸੀ ਕਿ ਜਹਾਜ਼ ਨੂੰ ਹੁਣ ਕਿਸ ਤਰ੍ਹਾਂ ਸੰਭਾਲਣਾ ਹੈ। ਪਰ ਇਹਨਾਂ ਮੁਸਾਫਰਾਂ ਦੀ ਉਸ ਸਮੇਂ ਕਿਸਮਤ ਜਾਗ ਜਾਂਦੀ ਹੈ ਜਦੋਂ ਇੱਕ ਤਜਰਬੇਕਾਰ ਪਾਇਲਟ ਆਪਣੇ ਕਿਸੇ ਕੰਮ ਦੇ ਕਾਰਨ ਏਟੀਸੀ ਦੇ ਦਫ਼ਤਰ ਦੇ ਵਿੱਚ ਜਾਂਦਾ ਹੈ ਤੇ ਉਹ ਏਟੀਸੀ ਦੇ ਨਵੇਂ ਮੁਲਾਜ਼ਮ ਨੇ ਝੱਟ ਹੀ ਇਹਨਾਂ ਮੁਸਾਫਰਾਂ ਦੀ ਗੱਲ ਰੋਬਰਟ ਦੇ ਨਾਲ ਕਰਵਾ ਦਿੱਤੀ। ਰੋਬਰਟ ਨੇ ਸਭ ਤੋਂ ਪਹਿਲਾਂ ਉਹ ਜਹਾਜ਼ ਦੇ ਕੰਟਰੋਲ ਪੈਨਲ ਦਾ ਪ੍ਰਿੰਟ ਕੱਢਿਆ ਤਾਂ ਕਿ ਉਹ ਹੋਰ ਚੰਗੀ ਤਰ੍ਹਾਂ ਉਹ ਮੁਸਾਫਰਾਂ ਨੂੰ ਦੱਸ ਸਕੇ ਕਿ ਇਸ ਜਹਾਜ਼ ਨੂੰ ਕਿਵੇਂ ਸੰਭਾਲਣਾ ਹੈ। ਰੋਬਰਟ ਨੇ ਸਭ ਤੋਂ ਪਹਿਲਾਂ ਉਹਨਾਂ ਮੁਸਾਫਰਾਂ ਨੂੰ ਜਹਾਜ਼ ਦੇ ਮੈਪ ਅਤੇ ਨਕਸ਼ਿਆਂ ਬਾਰੇ ਦੱਸਿਆ ਤਾਂ ਕਿ ਉਹ ਅੱਗੇ ਜਾ ਕੇ ਇਹਨਾਂ ਨੂੰ ਸਮਝ ਸਕਣ ਕਿਉਂਕਿ ਰੋਬਰਟ ਨੂੰ ਇਹ ਡਰ ਸੀ ਕਿ ਕਿਤੇ ਇਹ ਜਹਾਜ਼ ਦੇ ਮੁਸਾਫਰ ਅਮਰੀਕਾ ਦੀ ਜਗ੍ਹਾ ਕਿਸੇ ਹੋਰ ਪਾਸੇ ਨਾ ਨਿਕਲ ਜਾਣ ਤੇ ਜਹਾਜ਼ ਦੇ ਵਿੱਚ ਫਿਰ ਤੇਲ ਘੱਟ ਹੋਣ ਕਾਰਨ ਇਹਦਾ ਜਹਾਜ਼ ਡਿੱਗ ਕੇ ਤਬਾਹ ਹੋ ਜਾਵੇ। ਰੋਬਰਟ ਇਹਨਾਂ ਨੂੰ ਮੈਪ ਵੀ ਸਮਝਾ ਰਿਹਾ ਸੀ ਤੇ ਨਾਲ ਹੀ ਰਡਾਰ ਦੇ ਰਾਹੀਂ ਇਹਨਾਂ ਦੇ ਜਹਾਜ਼ ਦੇ ਉੱਪਰ ਨਿਗਾਹ ਵੀ ਰੱਖ ਰਿਹਾ ਸੀ ਕਿ ਸਹੀ ਰਸਤੇ ਤੇ ਜਾ ਵੀ ਰਹੇ ਹਨ ਜਾਂ ਨਹੀਂ। ਆਖਰਕਾਰ ਇਹ ਜਹਾਜ਼ ਅਮਰੀਕਾ ਦੇ ਵਿੱਚ ਦਾਖਲ ਹੋ ਜਾਂਦਾ ਹੈ ਤੇ ਉਦੋਂ ਤੱਕ ਪੂਰੇ ਏਟੀਸੀ ਦੇ ਵਿੱਚ ਇਹ ਗੱਲ ਫੈਲ ਚੁੱਕੀ ਸੀ ਕਿ ਇਹ ਜਹਾਜ਼ ਦਾ ਪਾਇਲਟ ਬੇਹੋਸ਼ ਹੋ ਚੁੱਕਿਆ ਹੈ ਤੇ ਇਹ ਜਹਾਜ਼ ਨੂੰ ਮੁਸਾਫਰ ਉਡਾ ਰਹੇ ਨੇ। ਉਸ ਸਮੇਂ ਤੱਕ ਪੂਰਾ ਏਟੀਸੀ ਕੰਟਰੋਲ ਰੂਮ ਦੇ ਵਿੱਚ ਜਮ੍ਹਾਂ ਹੋ ਗਿਆ ਸੀ ਤੇ ਰੋਬਰਟ ਨਾਲ ਦੀ ਨਾਲ ਇਹਨਾਂ ਮੁਸਾਫਰਾਂ ਨੂੰ ਸੁਝਾਅ ਦੇ ਰਹੇ ਸਨ ਤੇ ਮੁਸਾਫਰ ਵੀ ਰੋਬਰਟ ਵੱਲੋਂ ਕਈਆਂ ਗੱਲਾਂ ਨੂੰ ਬਹੁਤ ਚੰਗੀ ਤਰੀਕੇ ਨਾਲ ਫੋਲੋ ਕਰ ਰਹੇ ਸਨ ਕਿਉਂਕਿ ਇਹਨਾਂ ਮੁਸਾਫਰਾਂ ਨੂੰ ਵੀ ਪਤਾ ਸੀ ਕਿ ਹੁਣ ਉਹਨਾਂ ਦੀ ਛੋਟੀ ਜਿਹੀ ਗਲਤੀ ਵੀ ਜਹਾਜ਼ ਨੂੰ ਥੱਲੇ ਸਿੱਟਣ ਦੇ ਲਈ ਕਾਫੀ ਹੋਵੇਗੀ। ਇਸ ਤਰ੍ਹਾਂ ਕਰਦੇ ਕਰਦੇ ਇਹ ਮੁਸਾਫਰ ਜਹਾਜ਼ ਨੂੰ 에어ਪੋਰਟ ਦੇ ਬਿਲਕੁਲ ਨੇੜੇ ਵੀ ਲੈ ਆਉਂਦੇ ਨੇ ਤੇ ਹੁਣ ਸਭ ਤੋਂ ਵੱਡੀ ਗੱਲ ਇਹ ਸੀ ਕਿ ਜਹਾਜ਼ ਨੂੰ ਲੈਂਡ ਕਿਸ ਤਰ੍ਹਾਂ ਕਰਵਾਇਆ ਜਾਵੇ ਕਿਉਂਕਿ ਲੈਂਡਿੰਗ ਦੇ ਸਮੇਂ ਇਹਨਾਂ ਦੇ ਵੱਲੋਂ ਕੀਤੀ ਛੋਟੀ ਜਿਹੀ ਗਲਤੀ ਦੇ ਨਾਲ ਵੀ ਜਹਾਜ਼ ਦਾ ਬੈਲੈਂਸ ਵਿਗੜ ਸਕਦਾ ਸੀ ਤੇ ਜਹਾਜ਼ ਥੱਲੇ ਡਿੱਗ ਕੇ ਤਬਾਹ ਹੋ ਸਕਦਾ ਸੀ ਤੇ ਰੋਬਰਟ ਬਾਰ-ਬਾਰ ਇਹਨਾਂ ਮੁਸਾਫਰਾਂ ਨੂੰ ਇਹ ਹੌਸਲਾ ਦੇ ਰਹੇ ਸਨ ਕਿ ਤੁਸੀਂ ਇਹ ਚੀਜ਼ ਕਰ ਸਕਦੇ ਹੋ, ਤੁਸੀਂ ਬਿਲਕੁਲ ਵੀ ਨਹੀਂ ਘਬਰਾਉਣਾ, ਤੁਸੀਂ ਜਹਾਜ਼ ਨੂੰ ਲੈਂਡ ਕਰਵਾ ਸਕਦੇ ਹੋ ਤੇ ਫਿਰ ਰੋਬਰਟ ਨੇ ਇਹਨਾਂ ਮੁਸਾਫਰਾਂ ਨੂੰ ਜਹਾਜ਼ ਦੀ ਹਾਈਟ ਘੱਟ ਕਰਨ ਨੂੰ ਕਿਹਾ ਤੇ ਇਹਨਾਂ ਮੁਸਾਫਰਾਂ ਨੇ ਜਹਾਜ਼
ਮਿੰਟਾਂ ਦੇ ਵਿੱਚ ਹੀ ਜ਼ਿੰਦਗੀ ਤੇ ਮੌਤ ਦਾ ਫੈਸਲਾ ਆਉਣ ਵਾਲਾ ਸੀ। ਆਖਰਕਾਰ ਜਹਾਜ਼ ਦੇ ਟਾਇਰ ਰਨਵੇ ਨੂੰ ਟੱਚ ਕਰਦੇ ਨੇ ਤੇ ਰੋਬਰਟ ਨਾਲ ਦੀ ਨਾਲ ਇਹਨਾਂ ਮੁਸਾਫਰਾਂ ਨੂੰ ਸਮਝਾ ਰਹੇ ਹੁੰਦੇ ਨੇ ਕਿ ਕਿਵੇਂ ਉਹਨਾਂ ਨੇ ਆਪਣੇ ਜਹਾਜ਼ ਨੂੰ ਕੰਟਰੋਲ ਦੇ ਵਿੱਚ ਰੱਖਣਾ ਹੈ ਤੇ ਕਿਵੇਂ ਉਹਨਾਂ ਨੇ ਹੁਣ ਇਸ ਦੀ ਸਪੀਡ ਨੂੰ ਘੱਟ ਕਰਨਾ ਹੈ ਤੇ ਜਹਾਜ਼ ਸਹੀ ਸਲਾਮਤ ਰਨਵੇ ਦੇ ਉੱਪਰ ਲੈਂਡ ਕਰ ਜਾਂਦਾ ਹੈ ਤੇ ਸਾਰੇ ਜਣੇ ਮਿਲ ਕੇ ਇਹਨਾਂ ਮੁਸਾਫਰਾਂ ਨੂੰ ਮੁਬਾਰਕਬਾਦ ਦਿੰਦੇ ਨੇ। ਉਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਇਹ ਦੁਨੀਆ ਦੀ ਪਹਿਲੀ ਅਜਿਹੀ ਫਲਾਈਟ ਸੀ ਜਿਸ ਨੂੰ ਉਡਾਇਆ ਤਾਂ ਪਾਇਲਟ ਨੇ ਪਰ ਲੈਂਡ ਇਸ ਨੂੰ ਮੁਸਾਫਰਾਂ ਨੇ ਕੀਤਾ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਪਾਇਲਟ ਨੂੰ ਕੋਈ ਹਾਰਟ ਦੀ ਪ੍ਰੋਬਲਮ ਆ ਗਈ ਸੀ ਜਿਸ ਕਾਰਨ ਉਹ ਬੇਹੋਸ਼ ਹੋ ਗਿਆ ਸੀ ਤੇ ਉਸ ਦਾ ਵੀ ਇਲਾਜ ਕਰਵਾਇਆ ਗਿਆ ਤੇ ਉਸ ਦੀ ਵੀ ਜਾਨ ਬਚ ਗਈ। ਇਹ ਸੀ ਜੀ ਅੱਜ ਦੀ ਸੱਚੀ ਸਟੋਰੀ ਜਿਹੜੀ ਕਿ ਅਮਰੀਕਾ ਦੇ ਵਿੱਚ ਵਾਪਰੀ ਸੀ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ ਟੀਵੀ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ।